ਡੀਅਰ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਉਹ ਹੈ ਹਾਊ ਟੂ ਮੇਕ ਲੈਸਨ ਪਲਾਨ ਇੱਕ ਜਿਹੜੀ ਪਾਠ ਯੋਜਨਾ ਹੈ ਉਹ ਸੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਪਾਠ ਯੋਜਨਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਾਣਾ ਹੈ ਤਾਂ ਟੀਚਰ ਨੇ ਉਸ ਤੋਂ ਪਹਿਲਾਂ ਆਪਣੇ ਲੈਸਨ ਨੂੰ ਪਲਾਨ ਕਰਨਾ ਹੁੰਦਾ ਹੈ ਕਿਵੇਂ ਕਲਾਸ ਦੇ ਵਿੱਚ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ ਤੇ ਕਿਵੇਂ ਪੜ੍ਹਾਉਣਾ ਹੈ ਕਿਹੜੀ ਐਕਟੀਵਿਟੀ ਰੱਖਣੀ ਹੈ ਤੇ ਕਿਹੜੀ ਟੀਚਿੰਗ ਐਡ ਯੂਜ਼ ਕਰਨੀ ਹੈ ਇਹਨੂੰ ਕਹਿੰਦੇ ਨੇ ਲੈਸਨ ਪਲਾਨ ਹੁਣ ਲੈਸਨ ਪਲਾਨ ਬਣਾਉਣ ਦੇ ਲਈ ਕੁਝ ਜਿਹੜੀਆਂ ਗੱਲਾਂ ਨੇ ਉਹ ਵੀ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ ਸਭ ਤੋਂ ਪਹਿਲਾਂ ਜਿਹੜਾ ਲੈਸਨ ਪਲਾਨ ਆ ਉਹ ਕਿਵੇਂ ਸਟਾਰਟ ਕਰਨਾ ਹੈ ਇਹਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ ਵਿਦਿਆਰਥੀ ਅਧਿਆਪਕ ਦਾ ਰੋਲ ਨੰਬਰ ਇੱਥੇ ਤੁਸੀਂ ਆਪਣਾ ਕਲਾਸ ਰੋਲ ਨੰਬਰ ਲਿਖੋਗੇ ਵਿਸ਼ਾ ਤੁਹਾਡਾ ਵਿਸ਼ਾ ਸਮਾਜਿਕ ਸਿੱਖਿਆ ਸਾਇੰਸ ਮੈਥ ਇਕਨੋਮਿਕਸ ਕੋਈ ਵੀ ਹੋ ਸਕਦਾ ਹੈ ਉਪ ਵਿਸ਼ਾ ਜਿਹੜਾ ਤੁਸੀਂ ਟਾਪਿਕ ਬੱਚਿਆਂ ਨੂੰ ਕਰਾਉਣਾ ਹੈ ਫਿਰ ਜਮਾਤ ਕਿਹੜੀ ਜਮਾਤ ਦਾ ਤੁਸੀਂ ਲੈਸਨ ਪਲਾਨ ਤਿਆਰ ਕਰ ਰਹੇ ਹੋ 6ਵੀਂ ਤੋਂ ਲੈ ਕੇ 10ਵੀਂ ਤੱਕ ਜਿਹੜੇ ਕਮਰਸ ਵਾਲੇ ਬੱਚੇ ਨੇ ਉਹ +1 +2 ਵੀ ਲੈ ਸਕਦੇ ਨੇ ਸਮਾਂ 30 ਤੋਂ 35 ਮਿੰਟ ਮਿਤੀ ਕਿਹੜੀ ਤਾਰੀਖ ਨੂੰ ਤੁਸੀਂ ਜਿਹੜਾ ਲੈਸਨ ਪਲਾਨ ਆ ਉਹ ਕਰ ਰਹੇ ਹੋ ਕਿਉਂਕਿ ਜਿਹੜਾ ਲੈਸਨ ਪਲਾਨ ਆ ਉਹ ਇੱਕ ਦਿਨ ਪਹਿਲਾਂ ਤਿਆਰ ਕੀਤਾ ਜਾਂਦਾ ਹੈ ਇਸ ਕਰਕੇ ਤੁਸੀਂ ਡੇਟ ਉਹ ਪਾਉਂਗੇ ਜਿਹੜੀ ਡੇਟ ਨੂੰ ਲੈਸਨ ਪਲਾਨ ਤਿਆਰ ਕਰ ਰਹੇ ਹੋ ਨੈਕਸਟ ਡੇ ਤੁਸੀਂ ਉਹਨੂੰ ਪੜ੍ਹਾਉਂਗੇ ਹਾਂਜੀ ਫਿਰ ਤੁਹਾਨੂੰ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆਏਗਾ ਸਧਾਰਨ ਸਮੱਗਰੀ ਸਧਾਰਨ ਸਮੱਗਰੀ ਦੇ ਵਿੱਚ ਤੁਹਾਨੂੰ ਚਾਹੀਦਾ ਹੈ ਜਮਾਤ ਦਾ ਕਮਰਾ ਬਲੈਕਬੋਰਡ ਡਸਟਰ ਚਾਕ ਸੰਕੇਤਕ ਆਦਿ ਵਿਸ਼ੇਸ਼ ਸਮੱਗਰੀ ਇਹ ਤੁਹਾਡੇ ਟੌਪਿਕ ਦੇ ਨਾਲ ਸਬੰਧਿਤ ਹੋਏਗੀ ਇਦੇ ਵਿੱਚ ਤੁਸੀਂ ਕੋਈ ਚਾਰਟ ਵੀ ਯੂਜ਼ ਕਰ ਸਕਦੇ ਹੋ ਕੋਈ ਨਕਸ਼ਾ ਹੈ ਤੁਹਾਡੇ ਕੋਲ ਗਲੋਬ ਹੈ ਤਸਵੀਰਾਂ ਹੋ ਸਕਦੀਆਂ ਨੇ ਅਸਲ ਵਸਤੂਆਂ ਵੀ ਤੁਸੀਂ ਲੈ ਕੇ ਬੱਚੇ ਨੂੰ ਜਿਹੜਾ ਟਾਪਿਕ ਹੈ ਉਹ ਕਲੀਅਰ ਕਰਵਾ ਸਕਦੇ ਹੋ ਆਮ ਉਦੇਸ਼ ਇਹ ਵੀ ਤੁਹਾਡੇ ਸਬਜੈਕਟ ਦੇ ਅਕੋਰਡਿੰਗ ਹੋਣਗੇ ਜਿਵੇਂ ਕਿ ਇੱਥੇ ਮੈਂ ਐਸਐਸਟੀ ਦਾ ਟਾਪਿਕ ਲਿਆ ਹੈ ਤਾਂ ਇਹਦੇ ਵਿੱਚ ਆਮ ਉਦੇਸ਼ ਕੀ ਹੋਣਗੇ ਸਮਾਜਿਕ ਅਧਿਐਨ ਪ੍ਰਤੀ ਰੁਚੀ ਪੈਦਾ ਕਰਨਾ ਕਲਪਨਾ ਸ਼ਕਤੀ ਦਾ ਵਿਕਾਸ ਕਰਨਾ ਸਮਾਜਿਕ ਸੂਝ ਵਿਕਸਿਤ ਕਰਨੀ ਰਾਜਨੀਤਿਕ ਢਾਂਚੇ ਦਾ ਗਿਆਨ ਪ੍ਰਦਾਨ ਕਰਨਾ ਖਾਸ ਉਦੇਸ਼ ਖਾਸ ਉਦੇਸ਼ ਤੁਹਾਡੇ ਟਾਪਿਕ ਦੇ ਨਾਲ ਸੰਬੰਧਿਤ ਹੋਏਗਾ ਜਿਵੇਂ ਮੈਂ ਇੱਥੇ ਤਾਂ ਹੀ ਖਾਂ ਤਾਂ ਖਾਲੀ ਛੱਡੀਏ ਤਾਂ ਜੋ ਤੁਹਾਨੂੰ ਕਲੀਅਰ ਹੋ ਜਾਵੇ ਕਿ ਤੁਸੀਂ ਆਪਣੇ ਟਾਪਿਕ ਦੇ ਨਾਲ ਰਿਲੇਟਡ ਹੀ ਇੱਥੇ ਲਿਖਣਾ ਹੈ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ ਜਿਵੇਂ ਕਿ ਮੇਰਾ ਟਾਪਿਕ ਕੀ ਹੈ ਉਹ ਹੈਗਾ ਮੌਲਿਕ ਅਧਿਕਾਰ ਫਿਰ ਇਹ ਪੂਰਵ ਗਿਆਨ ਦੀ ਭਰਕ ਪੂਰਵ ਗਿਆਨ ਦੀ ਪਰਖ ਮਤਲਬ ਅਸੀਂ ਬੱਚੇ ਨੂੰ ਉਸ ਟਾਪਿਕ ਤੇ ਲੈ ਕੇ ਜਾਣਾ ਹੈ ਪਹਿਲਾ ਸਿੰਪਲ ਕੁਐਸਚਨ ਪੁੱਛਣੇ ਆ ਅਸੀਂ ਬੱਚਿਆਂ ਨੂੰ ਉਹਦੇ ਨਾਲ ਫਿਰ ਅਸੀਂ ਟਾਪਿਕ ਤੱਕ ਬੱਚੇ ਨੂੰ ਲੈ ਕੇ ਜਾਵਾਂਗੇ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਦੇ ਪੂਰਵ ਗਿਆਨ ਦੀ ਪਰਖ ਕਰਨ ਲਈ ਕੁਝ ਪ੍ਰਸ਼ਨ ਪੁੱਛੇਗੀ ਹੁਣ ਇਹਦੇ ਵਿੱਚ ਤੁਸੀਂ ਨੇ ਦੋ ਕਾਲਮ ਬਣਾਉਣੇ ਆ ਪਹਿਲਾ ਹੋਏਗਾ ਵਿਦਿਆਰਥੀ ਅਧਿਆਪਕ ਕਿਰਿਆ ਤੇ ਦੂਸਰਾ ਹੈ ਵਿਦਿਆਰਥੀ ਕਿਰਿਆ ਹੁਣ ਇਹਦੇ ਵਿੱਚ ਤੁਸੀਂ ਜਿਹੜੇ ਕੁਐਸਚਨ ਪੁੱਛਣੇ ਆ ਉਹ ਤੁਹਾਡੇ 4 ਤੋਂ 5 ਕੁਐਸਚਨ ਹੋਣੇ ਚਾਹੀਦੇ ਨੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਪੀਕੇ ਟੈਸਟਿੰਗ ਵਗੈਰਾ ਕਰਕੇ ਸਾਰਾ ਕਲੀਅਰ ਕਰੂੰਗੀ ਇਹਦੇ ਵਿੱਚ ਜਸਟ ਮੈਂ ਤੁਹਾਨੂੰ ਜਿਹੜਾ ਫਾਰਮੈਟ ਹੈ ਉਹ ਦੱਸ ਰਹੀ ਹਾਂ ਲਾਸਟ ਕੁਐਸਚਨ ਦੇ ਅਕੋਰਡਿੰਗ ਤੁਸੀਂ ਜਿਹੜਾ ਆਪਣਾ ਟੌਪਿਕ ਹੈ ਉਹ ਅਨਾਉਂਸ ਕਰੋਗੇ ਉਪ ਵਿਸ਼ੇ ਦੀ ਘੋਸ਼ਣਾ ਵਿਦਿਆਰਥੀ ਇਹ ਆਪਕਾ ਉਪ ਵਿਸ਼ੇ ਦੀ ਘੋਸ਼ਣਾ ਕਰੇਗੀ ਕਿ ਅੱਜ ਅਸੀਂ ਮੌਲਿਕ ਅਧਿਕਾਰਾਂ ਬਾਰੇ ਪੜ੍ਹਾਂਗੇ ਜਦੋਂ ਤੁਸੀਂ ਆਪਣਾ ਲੈਸਨ ਪਲਾਨ ਬਣਾਉਣਾ ਹੈ ਤਾਂ ਤੁਸੀਂ ਜਿਹੜੀ ਤੁਹਾਡੀ ਲੈਸਨ ਪਲਾਨ ਵਾਲੀ ਕਾਪੀ ਹੋएगी ਇਹਨੂੰ ਦੇਖੋ ਤੁਸੀਂ ਇਸ ਤਰ੍ਹਾਂ ਮੈਂ ਇਹਨੂੰ ਖੋਲ੍ਹਿਆ ਏ ਤਾਂ ਤੁਸੀਂ ਇੱਕ ਪੇਜ ਦੇ ਉੱਪਰ ਦੋ ਕਾਲਮ ਤੇ ਦੂਸਰੇ ਪੇਜ ਦੇ ਉੱਪਰ ਫਿਰ ਦੋ ਕਾਲਮ ਬਣਾਉਣੇ ਆ ਹੁਣ ਜਿਹੜਾ ਪਹਿਲਾ ਕਾਲਮ ਇਹਨੂੰ ਦੇਖੋ ਧਿਆਨ ਨਾਲ ਵਿਸ਼ਾ ਵਸਤੂ ਇਹਦੇ ਵਿੱਚ ਤੁਸੀਂ ਜਿਹੜਾ ਕੰਟੈਂਟ ਬੱਚੇ ਨੂੰ ਪੜਾਉਣਾ ਏ ਉਹ ਸਾਰਾ ਲਿਖੋਗੇ ਤੇ ਦੂਸਰੇ ਕਾਲਮ ਦੇ ਵਿੱਚ ਵਿਦਿਆਰਥੀ ਅਧਿਆਪਕ ਕਿਰਿਆ ਜਿਹੜਾ ਵਿਦਿਆਰਥੀ ਅਧਿਆਪਕ ਹੈ ਉਹ ਬੱਚਿਆਂ ਨੂੰ ਕਿਹੜੀ ਕਿਹੜੀ ਐਕਟੀਵਿਟੀ ਦੇ ਨਾਲ ਪੜ੍ਹਾਏਗਾ ਇਹਦੇ ਵਿੱਚ ਤੁਸੀਂ ਉਹ ਲਿਖੋਗੇ ਫਿਰ ਇਹ ਤੀਸਰੇ ਕਾਲਮ ਦੇ ਵਿੱਚ ਵਿਦਿਆਰਥੀ ਕਿਰਿਆ ਜਦੋਂ ਟੀਚਰ ਪੜ੍ਹਾ ਰਿਹਾ ਹੈ ਤਾਂ ਬੱਚੇ ਕੀ ਕਰਨਗੇ ਜੇਕਰ ਤੁਸੀਂ ਬਲੈਕਬੋਰਡ ਤੇ ਲਿਖੋਗੇ ਤਾਂ ਬੱਚੇ ਕਾਪੀਆਂ ਤੇ ਨੋਟ ਕਰਨਗੇ ਇੱਕ ਗੱਲ ਬੱਚੇ ਧਿਆਨ ਚ ਰੱਖਿਓ ਇਹ ਜਿਹੜਾ ਤੁਹਾਡਾ ਲੈਸਨ ਪਲਾਨ ਆ ਉਹ ਫਿਊਚਰ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਇੱਕ ਦਿਨ ਪਹਿਲਾਂ ਪਲਾਨ ਕਰ ਰਹੇ ਹੋ ਨੈਕਸਟ ਹੈ ਬਲੈਕਬੋਰਡ ਸਹਾਇਕ ਸਮਗਰੀ ਬਲੈਕਵੁੱਡ ਜਿਹੜਾ ਕੰਮ ਤੁਸੀਂ ਬਲੈਕਵੁੱਡ ਤੇ ਲਿਖ ਰਹੇ ਹੋ ਉਹ ਇੱਥੇ ਇੱਕ ਬਲੈਕ ਪੇਪਰ ਪੇਸਟ ਕਰੋਗੇ ਉਹਦੇ ਉੱਪਰ ਤੁਸੀਂ ਉਹ ਚੀਜ਼ਾਂ ਨੋ ਡਾਊਨ ਕਰੋਗੇ ਸਹਾਇਕ ਸਮਗਰੀ ਕਿ ਕਿਹੜੀ ਚੀਜ਼ ਹੈ ਤੁਹਾਡੇ ਕੋਲ ਕੋਈ ਚਾਰਟ ਹੈ ਅਸਲ ਵਸਤੂਆਂ ਨੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ ਪੜਾ ਰਹੇ ਹੋ ਲੈਸਨ ਨੂੰ ਤਾਂ ਇਹਦੇ ਵਿੱਚ ਤੁਸੀਂ ਉਹਦੀ ਜਿਹੜੀ ਫੋਟੋ ਹੈ ਉਹ ਲਗਾਉਂਗੇ ਫਿਰ ਨੈਕਸਟ ਪੇਜ ਤੇ ਇੱਕ ਪੇਜ ਦੇ ਉੱਪਰ ਜਿੰਨਾ ਤੁਹਾਡਾ ਮਟੀਰੀਅਲ ਆਉਂਦਾ ਹੈ ਤੁਸੀਂ ਉਹਨੂੰ ਲਿਖੋਗੇ ਤਾਂ ਇਹਦੇ ਵਿੱਚ ਇੱਕ ਤੁਸੀਂ ਧਿਆਨ ਚ ਰੱਖਣਾ ਹੈ ਜਿਹੜਾ ਤੁਹਾਡਾ ਟਾਪਿਕ ਵੱਡਾ ਹੋਏਗਾ ਉਹਦੇ ਵਿੱਚ ਆਏਗਾ ਵਿਭਾਗੀ ਦੁਹਰਾਈ ਵਿਭਾਗੀ ਦੁਹਰਾਈ ਦਾ ਮਤਲਬ ਕਿ ਜਿਹੜਾ ਤੁਸੀਂ ਟਾਪਿਕ ਪੜਾ ਰਹੇ ਹੋ ਜਿੰਨਾ ਉਹਦੇ ਵਿੱਚੋਂ ਹਾਫ ਪੜਾ ਚੁੱਕੇ ਉਹ ਟੈਸਟ ਕਰਨ ਦੇ ਲਈ ਕਿ ਬੱਚਿਆਂ ਨੂੰ ਸਮਝ ਆਇਆ ਜਾਂ ਨਹੀਂ ਆਇਆ ਉਹਦੇ ਵਿੱਚੋਂ ਤੁਸੀਂ ਚਾਰ ਕੁਐਸਚਨ ਪੁੱਛੋਗੇ ਬੱਚਿਆਂ ਨੂੰ ਚਾਰ ਕੁਐਸਚਨ ਪੁੱਛਣ ਤੋਂ ਬਾਅਦ ਤੁਸੀਂ ਜਿਹੜਾ ਅੱਗੋਂ ਟਾਪਿਕ ਹੈ ਉਹਨੂੰ ਕੰਟੀਨਿਊ ਕਰ ਲੋਗੇ ਫਿਰ ਤੁਸੀਂ ਉਦਾਂ ਹੀ ਚਾਰ ਜਿਹੜੇ ਕਾਲਮ ਨੇ ਬਣਾ ਲੋਂਗੇ ਵਿਸ਼ਾ ਵਸਤੂ ਵਿਦਿਆਰਥੀ ਅਧਿਆਪਕ ਕਿਰਿਆ ਵਿਦਿਆਰਥੀ ਕਿਰਿਆ ਬਲੈਕਬੋਰਡ ਤੇ ਸਹਾਇਕ ਸਮਗਰੀ ਉਸ ਤਰੀਕੇ ਨਾਲ ਤੁਸੀਂ ਇਸ ਨੂੰ ਵਿਸ਼ਾ ਵਸਤੂ ਨੂੰ ਅੱਗੇ ਲਿਖਦੇ ਹੋਏ ਤੇ ਉਹਨੂੰ ਕਿਵੇਂ ਵਿਦਿਆਰਥੀ ਅਧਿਆਪਕ ਪੜਾ ਰਿਹਾ ਹੈ ਕਿਹੜੀ ਕਿਹੜੀ ਐਕਟੀਵਿਟੀ ਕਰ ਰਿਹਾ ਹੈ ਤੇ ਉਹਦੇ ਅਕੋਰਡਿੰਗ ਬੱਚੇ ਕਿਹੜੀ ਐਕਟੀਵਿਟੀ ਕਰ ਰਹੇ ਨੇ ਤੇ ਬਲੈਕਬੋਰਡ ਦੇ ਉੱਪਰ ਤੁਸੀਂ ਕੀ ਲਿਖਿਆ ਕਿਹੜੀ ਟੀਚਿੰਗ ਐਡ ਤੁਸੀਂ ਯੂਜ਼ ਕੀਤੀ ਉਹਨੂੰ ਇੱਥੇ ਪੇਸਟ ਕਰੋਗੇ ਤੁਹਾਡਾ ਜਿਹੜਾ ਲੈਸਨ ਪਲਾਨ ਹੈ ਇੱਥੇ ਟਾਪਿਕ ਹੈ ਉਹ ਖਤਮ ਹੋ ਜਾਏਗਾ ਬਟ ਇਹਦੇ ਵਿੱਚ ਐਂਡ ਕੀ ਕਰਨਾ ਹੈ ਤੁਸੀਂ ਨੇ ਅੰਤਿਮ ਦੁਹਰਾਈ ਸਾਰਾ ਜਿਹੜਾ ਤੁਸੀਂ ਟਾਪਿਕ ਪੜ੍ਹਾ ਚੁੱਕੇ ਉਹਦੇ ਵਿੱਚੋਂ ਤੁਸੀਂ ਜਿਹੜੇ 5 ਕੁਐਸਚਨ ਨੇ ਉਹ ਇੱਥੇ ਬੱਚਿਆਂ ਨੂੰ ਕਰੋਗੇ ਜਸਟ ਤੁਸੀਂ ਇੱਥੇ ਕੁਐਸਚਨ ਹੀ ਲਿਖਣੇ ਨੇ ਵਿਭਾਗੀ ਦੁਹਰਾਈ ਦੇ ਵਿੱਚ ਵੀ ਤੇ ਅੰਤਿਮ ਦੁਹਰਾਈ ਦੇ ਵਿੱਚ ਵੀ ਪੰਜ ਕੁਐਸਚਨ ਤੁਸੀਂ ਇੱਥੇ ਲਿਖੋਗੇ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਘਰ ਦਾ ਕੰਮ ਤਾਂ ਜਿਹੜਾ ਘਰ ਦਾ ਕੰਮ ਹੈ ਉਹ ਤੁਹਾਡਾ ਕ੍ਰੀਏਟਿਵ ਹੋਣਾ ਚਾਹੀਦਾ ਹੈ। ਵਿਦਿਆਰਥੀ ਦੇ ਆਪਕਾ ਵਿਦਿਆਰਥੀਆਂ ਨੂੰ ਘਰ ਤੋਂ ਤੁਸੀਂ ਮੋਸਟਲੀ ਕੀ ਲਿਖੋਗੇ ਕਿ ਪ੍ਰਸ਼ਨ ਉੱਤਰ ਯਾਦ ਕਰਕੇ ਆਉਣ ਦੇ ਲਈ ਦੱਸੇਗੀ ਕੰਮ ਜਾਂ ਕਾਪੀਆਂ ਤੇ ਲਿਖ ਕੇ ਆਉਣ ਲਈ ਇਹ ਕੰਮ ਕਹੇਗੀ ਠੀਕ ਹੈ ਇਹ ਨਹੀਂ ਕਹਿਣਾ। ਤੁਸੀਂ ਉਹਨਾਂ ਨੂੰ ਕ੍ਰੀਏਟਿਵ ਵਰਕ ਦੇਣਾ ਹੈ। ਜਿਵੇਂ ਕਿ ਅਸੀਂ ਜਿਹੜਾ ਹੁਣ ਟੌਪਿਕ ਵਿੱਚ ਦੱਸਿਆ ਸੀ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦੇਣਾ। ਤਾਂ ਤੁਸੀਂ ਬੱਚਿਆਂ ਨੂੰ ਕੀ ਕੰਮ ਦੋਗੇ ਕਿ ਵਿਦਿਆਰਥੀਆਂ ਨੂੰ ਜਦੋਂ ਅਸੀਂ ਜਾਣਕਾਰੀ ਦੇ ਚੁੱਕੇ ਤਾਂ ਵਿਦਿਆਰਥੀ ਆਪਣੇ ਫੈਮਿਲੀ ਮੈਂਬਰਸ ਨੂੰ ਆਪਣੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਮਾਲਕ ਅਧਿਕਾਰਾਂ ਤੋਂ ਜਾਣੂ ਕਰਵਾਉਣਗੇ ਹਾਂਜੀ ਇਹ ਸੀ ਬੱਚੇ ਤੁਹਾਡਾ ਅੱਜ ਦਾ ਜਿਹੜਾ ਲੈਸਨ ਪਲਾਨ ਦਾ ਜਸਟ ਇਹਦਾ ਮੈਂ ਤੁਹਾਨੂੰ ਫਾਰਮੈਟ ਦੱਸਿਆ ਏ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰਾ ਜਿਹੜਾ ਫਾਰਮੈਟ ਹੈ ਇਹਨੂੰ ਕੰਪਲੀਟ ਕਰਕੇ ਦਿਖਾਉਂਗੀ ਸੋ ਨੈਕਸਟ ਵੀਡੀਓ ਵੀ ਤੁਸੀਂ ਜ਼ਰੂਰ ਦੇਖਣੀ ਹੈ ਤਾਂ ਜੋ ਤੁਹਾਨੂੰ ਜਿਹੜਾ ਫਾਰਮੈਟ ਹੈ ਉਹ ਕੰਪਲੀਟ ਕਰਨ ਬਾਰੇ ਪਤਾ ਲੱਗ ਜਾਏ ਕਿ ਤੁਸੀਂ ਬਲੈਕ ਬੋਰਡ ਕਿਵੇਂ ਪੇਸਟ ਕਰਨਾ ਹੈ ਕਿਹੋ ਜਿਹਾ ਹੋਣਾ ਚਾਹੀਦਾ ਹੈ ਟੀਚਿੰਗ ਏਡ ਨੂੰ ਕਿੱਥੇ ਪੇਸਟ ਕਰਨਾ ਹੈ Thank you, thanks to all for watching.